ਗੱਬਰ ਅਤੇ ਉਸਦੇ ਸਾਥੀਆਂ ਵੱਲੋਂ ਥਾਣਾ ਅਜਨਾਲਾ ਦੇ ਮੋਹਰੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵਰਤੇ ਜਾਂਦੇ ਮਾੜੇ ਵਤੀਰੇ ਅਤੇ ਲੋਕਾਂ ਨੂੰ ਥਾਣਿਆਂ ਅਤੇ ਦਫ਼ਤਰਾਂ 'ਚ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ ਰੋਸ ਧਰਨਾ ਦਿੱਤਾ ਗਿਆ ਅਤੇ ਉਹਨਾਂ ਨੇ ਮੰਗ ਕੀਤੀ ਕਿ ਗਰੀਬ ਵਰਗ ਨੂੰ ਦਫ਼ਤਰਾਂ ਅਤੇ ਥਾਣਿਆਂ ਵਿੱਚ ਵਿਸ਼ਵਾਸ ਨਹੀਂ ਦਿੱਤਾ ਜਾ ਰਿਹਾ ਅਤੇ ਨਜਾਇਜ਼ ਪਰਚੇ ਕੀਤੇ ਜਾ ਰਹੇ ਹਨ। ਇਸ ਮੌਕੇ ਉਹਨਾਂ ਵੱਲੋਂ ਹਲਕੇ ਨਾਲ ਸੰਬੰਧਿਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਗਈਆਂ। ਇਸ ਮੌਕੇ ਥਾਣਾ ਅਜਨਾਲਾ ਦੇ SHO ਲਾਲੀ ਖਹਿਰਾ ਧਰਨੇ ਵਾਲੀ ਜਗ੍ਹਾ 'ਤੇ ਪਹੁੰਚੇ ਅਤੇ ਉਹਨਾਂ ਦੇ ਵਿਸ਼ਵਾਸ ਦਿਵਾਉਣ 'ਤੇ ਧਰਨਾ ਚੁੱਕਿਆ ਗਿਆ। ਦਿਖਾਉਂਦੇ ਹਾਂ ਤੁਹਾਨੂੰ ਕੀ ਹੈ ਸਾਰਾ ਮਾਮਲਾ। ਜਦ ਵੀ ਮੰਤਰੀ ਨੂੰ ਕਿਉਂ ਹੁਣੇ ਨਗਰਾ ਖਤਰਾ ਵੱਧ ਗਿਆ ਇਸੇ ਦੇ ਨਾਲੇ ਜੋ ਪੜਿਆ ਵਾ, ਕਿਉਂਕਿ ਉਹਨੂੰ ਇਹ ਚੀਜ਼ਾਂ ਨਹੀਂ ਦੇਖਦੀਆਂ ਵੀ ਪਬਲਿਕ ਨਾਲ ਕੀ ਹੋ ਰਿਹਾ ਵਾ। ਸਿਰਫ ਉਹਨੂੰ ਆਲੂ ਗੰਢੇ ਟਮਾਟਰ ਦੇਖ ਪੈਂਦੇ ਵੀ ਦਾਲ ਦੇ ਵਿੱਚ ਨਹੀਂ ਪਏ, ਪਰ ਉਹਨੂੰ ਜਨਤਾ ਦੇ ਜਿਹੜੀ ਜਨਤਾ ਵਾ ਉਹ 5-6 ਫੁੱਟ ਦੀ ਜਵਾਨ ਨਹੀਂ ਦੇਖਦੇ, ਇੱਕ ਟਮਾਟਰ 2 ਇੰਚੀ ਦਾ ਉਹ ਉਹਨੂੰ ਦੇਖਦਾ ਜੇ। ਜਨਤਾ ਨੂੰ ਸਿਰਫ ਉਹ ਕੀੜੀਆਂ ਕੇ ਸਮਝਦਾ ਜੇ ਮੰਤਰੀ, ਤੇ ਉਹ ਹੀ ਹਾਲ ਸਾਡੇ ਨਾਲ ਪ੍ਰਸ਼ਾਸਨ ਕਰ ਰਿਹਾ ਜੇ, ਤੇ ਆਪਾਂ ਉਹ ਹਾਲ ਹੁਣ ਨਹੀਂ ਜਨਤਾ ਦਾ ਦੇਣਾ। ਜਿੰਨੇ ਵੀ ਮੈਂ ਤੁਹਾਨੂੰ ਵਾਅਦਾ ਕਰਦਾ ਵੀ ਜਿੰਨੇ ਵੀ ਨਜਾਇਜ਼ ਮੁਕਦਮੇ ਹੋਏ ਉਹ ਰੱਦ ਕੀਤੇ ਜਾਣਗੇ, ਜਿਨ੍ਹਾਂ ਦੇ ਚਲਾਨ ਦੇਣ ਵਾਲੇ ਨੇ ਲੇਟ ਹੋ ਗਏ ਨੇ ਉਹ ਚਲਾਨ ਦਿੱਤੇ ਜਾਏਗੇ, ਜਿਨ੍ਹਾਂ ਦੀ ਰੈਸਟ ਪੈਣ ਵਾਲੀ ਮੁਕਦਮੇ ਰੈਸਟ ਭਈ ਹੋਊਗੀ, ਕੋਈ ਕਿਸੇ ਨਾਲ ਬੇਇਨਸਾਫੀ ਨਹੀਂ ਹੋਊਗੀ। ਬਿਲਕੁਲ ਮੈਰਿਟ ਦੇ ਆਧਾਰ ਤੇ, ਤੱਥਾਂ ਦੇ ਆਧਾਰ ਤੇ ਸਾਰੀ ਕਾਰਵਾਈ ਅਸੀਂ ਕਰਾਂਗੇ। ਕੁਲਦੀਪ ਧਾਲੀਵਾਲ ਨੂੰ ਅੱਜ ਕਿਹੜਾ ਇੰਨਾ ਖਤਰਾ ਵੱਧ ਗਿਆ, ਪਹਿਲਾਂ ਜੋ ਕਹਿੰਦੇ ਕਿ ਸਾਨੂੰ ਕੋਈ ਵੀ ਪੰਜਾਬ ਪੁਲਿਸ ਦੀ ਲੋੜ ਨਹੀਂ ਹੈਗੀ, ਸਿਰਫ ਆਪਾਂ ਕੱਲੇ ਕੱਲੇ ਤੁਰੇ ਫਿਰਾਂਗੇ, ਪਰ ਅੱਜ ਕੱਲ੍ਹ ਜਦੋਂ ਆਪਾਂ ਪ੍ਰਸ਼ਾਸਨ ਨੂੰ ਕਹਿੰਦੇ ਹਾਂ ਸਾਨੂੰ ਸਿਰਫ ਇਹ ਗੱਲ ਗਾੜੀ ਨੂੰ ਦੱਸੀ ਜਾਂਦੀ ਆ ਕਿ ਮੰਤਰੀ ਦੇ ਨਾਲ ਪੁਲਿਸ ਆ। ਪਬਲਿਕ ਜ਼ਰੂਰੀ ਹੈ ਕਿ ਜੇ ਮੰਤਰੀ ਜ਼ਰੂਰੀ ਨਹੀਂ, ਅਸੀਂ ਪ੍ਰਸ਼ਾਸਨ ਨੂੰ ਗੱਲ ਪੁੱਛਣੀ ਚਾਹੁੰਦੇ ਹਾਂ। ਜਦ ਵੀ ਮੰਤਰੀ ਨੂੰ ਕਿਉਂ ਹੁਣੇ ਨਗਰਾ ਖਤਰਾ ਵੱਧ ਗਿਆ ਇਸੇ ਦੇ ਨਾਲੇ ਜੋ ਪੜਿਆ ਵਾ, ਕਿਉਂਕਿ ਉਹਨੂੰ ਇਹ ਚੀਜ਼ਾਂ ਨਹੀਂ ਦੇਖਦੀਆਂ ਵੀ ਪਬਲਿਕ ਨਾਲ ਕੀ ਹੋ ਰਿਹਾ ਵਾ। ਸਿਰਫ ਉਹਨੂੰ ਆਲੂ ਗੰਢੇ ਟਮਾਟਰ ਦੇਖ ਪੈਂਦੇ ਵੀ ਦਾਲ ਦੇ ਵਿੱਚ ਨਹੀਂ ਪਏ, ਪਰ ਉਹਨੂੰ ਜਨਤਾ ਦੇ ਜਿਹੜੀ ਜਨਤਾ ਵਾ ਉਹ 5-6 ਫੁੱਟ ਦੀ ਜਵਾਨ ਨਹੀਂ ਦੇਖਦੇ, ਇੱਕ ਟਮਾਟਰ 2 ਇੰਚੀ ਦਾ ਉਹ ਉਹਨੂੰ ਦੇਖਦਾ ਜੇ। ਜਨਤਾ ਨੂੰ ਸਿਰਫ ਉਹ ਕੀੜੀਆਂ ਕੇ ਸਮਝਦਾ ਜੇ ਮੰਤਰੀ, ਤੇ ਉਹ ਹੀ ਹਾਲ ਸਾਡੇ ਨਾਲ ਪ੍ਰਸ਼ਾਸਨ ਕਰ ਰਿਹਾ ਜੇ, ਤੇ ਆਪਾਂ ਉਹ ਹਾਲ ਹੁਣ ਨਹੀਂ ਜਨਤਾ ਦਾ ਦੇਣਾ। ਪਰ ਮੈਂ ਵਾਅਦੇ ਨਾਲ ਕਹਿੰਦਾ ਕਿ ਸਾਡੇ ਕੋਲ ਸਾਡੇ ਸਤਿਕਾਰਯੋਗ ਸਾਡੇ SHO ਜਨਾਲਾ ਸਾਹਿਬ ਆਏ ਆ, ਸਾਨੂੰ ਜਨਤਾ ਦੇ ਵਿੱਚ ਭਰੋਸਾ ਦਵਾਇਆ ਜਾਵੇ ਕਿ ਉਹਨਾਂ ਦੇ ਜਿਹੜੇ ਮੈਟਰ ਹੈ ਉਹਨਾਂ ਦੇ ਝੂਠੇ ਪੈਸੇ ਗੁੰਮ ਹੋਏ ਆ ਉਹਨਾਂ ਨੂੰ ਰੱਦ ਕੀਤਾ ਜਾਊਗਾ, ਤੇ ਜੇ ਉਹਨਾਂ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇਗਾ। ਜੋ ਬੋਲੇ ਸੁਰਿੰਦਰ ਭਾਈ ਭਗਵਾਨ ਬਾਲਮੀਕ ਮਹਾਰਾਜ ਕੀ ਜੈ। ਸਾਡਾ ਜਿਹੜਾ ਅੱਧਾ ਪ੍ਰੋਗਰਾਮ ਸੀ ਕਿ ਗਰੀਬ ਜਨਤਾ ਨੂੰ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਸਰਕਾਰਾਂ ਵੱਲੋਂ ਜਿਹੜਾ ਦਿਨ ਬ ਦਿਨ ਤੰਗ ਕੀਤਾ ਜਾਂਦਾ ਵਾ, ਕਿਉਂਕਿ ਜੇ ਥਾਣੇ ਵਿੱਚ ਗਰੀਬ ਦਬਕਾ ਆ ਜਾਂਦਾ ਵਾ ਤੇ ਜੇ ਉਹ ਪਰਚਾ ਕਰਵਾ ਪੈਂਦੇ ਆ ਤੇ ਦੋਸ਼ੀਆਂ ਨੂੰ ਨੀ, ਤੇ ਇੱਥੇ ਮੈਂ ਵੇਖ ਰਿਹਾ ਕਿ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਬੜੀਆਂ ਮਾੜੀਆਂ ਨੇ, ਬਲਕਿ ਜਿਹੜਾ ਇਨਸਾਫ਼ ਲੈਣ ਵਾਲਾ ਆਉਂਦਾ ਵਾ ਉਹ ਤੇ ਨਜਾਇਜ਼ ਪਰਚੇ ਕੀਤੇ ਜਾਂਦੇ ਆ, ਤੇ ਜਿਹਦੀ ਕਿਸੇ ਨਾਲ ਸਰਕਾਰ ਨਾਲ ਕਿਸੇ ਦੀ ਰਲੀ ਭੁਗਤ ਹੈਗੀ ਆ ਉਹ ਝੂਠੇ ਵੀ ਪਰਚੇ ਜਿਹੜੇ ਕਰਵਾ ਕੇ ਗਰੀਬ ਜਨਤਾ ਨੂੰ ਜਿਹੜਾ ਬੜਾ ਤੰਗ ਕੀਤਾ ਜਾ ਰਿਹਾ ਵਾ, ਤੇ ਅੱਜ ਉਹਦੇ ਵਾਸਤੇ ਆਪਾਂ ਜਿਹੜਾ ਵਾ ਸੜਕ ਆਪਣੇ ਜਨਾਲੇ ਵਿੱਚ ਧਰਨਾ ਲਾ ਕੇ ਉਹਦਾ ਰੋਸ ਪ੍ਰਸ਼ਾਸ ਕੀਤਾ ਵਾ। ਉੱਥੇ ਜਿਹੜਾ SHO ਜਨਾਲੇ ਨੇ ਆ ਕੇ ਸਾਨੂੰ ਭਰੋਸਾ ਦਵਾਇਆ ਵਾ ਕਿ ਜਿਹੜੇ ਨਜਾਇਜ਼ ਪਰਚੇ ਕੀਤੇ ਆ ਝੂਠੇ ਪਰਚੇ ਕੀਤੇ ਆ ਤੇ ਉਹਨਾਂ ਇਸ ਗੱਲ ਨੂੰ ਮੰਨਿਆ ਵਾ ਕਿ ਵਾਕਈ ਝੂਠੇ ਪਰਚੇ ਆ ਤੇ ਉਹਨਾਂ ਨੂੰ ਰੱਦ ਕੀਤਾ ਜਾਵੇਗਾ ਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਉਹਨਾਂ ਦੇ ਆ ਕੀਤੀ ਜਾਵੇਗੀ। ਝੂਠੇ ਪਰਚੇ ਕਿਉਂ ਕੀਤੇ ਗਏ? ਝੂਠੇ ਪਰਚੇ ਕੁਝ ਹੀ ਸਰਕਾਰਾਂ ਦੇ ਹਿਸਾਬ ਨਾਲ ਤੇ ਕੁਝ ਇੱਥੇ ਬੱਚੇ ਆ, ਮੈਂ ਉਹਨਾਂ ਨਾਂ ਲੈ ਕੇ ਦੱਸਾਂ ਤੇ ਬੜੀ ਬਸ਼ਰਮੀ ਵਾਲੀ ਗੱਲ ਆਉਂਦੀ ਹੈ ਕਿ ਇੱਕ ਪਿਓ ਜਿਹੜਾ ਆਪਣੇ ਬੱਚਿਆਂ ਨੂੰ ਜਾਇਦਾਦ ਨਹੀਂ ਦੇ ਰਿਹਾ ਤੇ ਉਹਨਾਂ ਦੀਆਂ ਜਿਹੜੀਆਂ ਭੂਆ ਨੇ ਉਹਨਾਂ ਨੇ 60-60 ਸਾਲ ਉਮਰ ਹੋ ਗਈ ਆ
ਸਾਨੂੰ ਕੁਝ ਲੋਕ ਦੇ ਵੈਸੇ ਸਮਝਦਾਰ ਹੈ ਸਮਝ ਗਏ ਹੋਣਗੇ ਵੀ ਜਿਹਦੇ ਕਰਕੇ ਆਪਣੇ ਭਤੀਆਂ ਨੂੰ ਉਹ ਵੀ ਮਰਵਾਉਣਾ ਚਾਹੁੰਦੀ ਆ ਤੇ ਪਿਓ ਆਪਣੇ ਬੱਚਿਆਂ ਨੂੰ ਮਰਵਾਉਣਾ ਚਾਹੁੰਦਾ ਵਾ ਕਿ ਉਹਨਾਂ ਨੂੰ ਜ਼ਿਆਦਾ ਦੇ ਇਹਨਾਂ ਦੀ ਬੰਦ ਹੱਕ ਨਹੀਂ ਦਿੱਤਾ ਜਾ ਰਿਹਾ ਹੁਣ ਅਗਲਾ ਪ੍ਰੋਗਰਾਮ ਕੀ ਹੋਊਗਾ ਅਗਲਾ ਪ੍ਰੋਗਰਾਮ ਸਾਨੂੰ ਉਹਨਾਂ ਨੇ ਜਿਹੜਾ ਟਾਈਮ ਦਿੱਤਾ ਵਾ ਉਹ 5-7 ਦਿਨ ਦਾ ਵੀ ਉਹਦੇ ਵਿੱਚ ਆਪਾਂ ਜਿਹੜਾ ਵਾ ਸਾਰੇ ਪਰਚੇ ਜਿਹੜੇ ਰੱਦ ਕਰਾਂਗੇ ਤੇ ਜੇ ਨਹੀਂ ਰੱਦ ਕਰਦੇ ਤੇ ਅਸੀਂ ਆਪਣੀ ਜਥੇਬੰਦੀ ਨਾਲ ਸਲਾਹ ਕਰਕੇ ਕੋਈ ਵੱਡਾ ਕਦਮ ਠੋਸ ਲਵਾਂਗੇ ਜਿਹਦੇ ਨਾਲ ਆਪਾਂ ਏਅਰਪੋਰਟ ਰੋਡ ਜਾਮ ਕਰਾਂਗੇ ਧਰਨਾ ਨਹੀਂ ਸੀ ਇਹਨਾਂ ਦਾ ਇਹਨਾਂ ਪ੍ਰੋਟੈਸਟ ਜਿਹੜਾ ਪਹਿਲਾਂ ਦਾ ਲਿਖਿਆ ਸੀਗਾ ਅਤੇ ਕੁਝ ਮੁਕੱਦਮੇ ਨੇ ਇਹਨਾਂ ਦੇ ਕੁਝ ਚਲਾਨ ਦੇਣ ਵਾਲੇ ਨੇ ਕੁਝ ਅਰੈਸਟ ਪੈਣ ਵਾਲੀ ਆ ਤਾਂ ਉਹ ਅਸੀਂ ਆਪਸ ਜਿਹੜੀ ਮੀਟਿੰਗ ਕਰ ਲਈ ਆ ਉਹਨਾਂ ਨੂੰ ਸਾਰਿਆਂ ਨੂੰ ਛੱਡ ਉੱਚੇ ਦੀ ਕਰ ਦਿੱਤਾ ਜਾਊਗਾ ਉਠਾ ਦਿੱਤਾ ਗਿਆ ਜੀ ਧਰਨਾ ਹਾਂਜੀ ਹਾਂਜੀ ਧਰਨਾ ਲੱਗਾ ਹੀ ਨਹੀਂ ਜੀ ਧਰਨਾ ਉਠਾਉਣ ਵਾਲੀ ਨੇ ਪ੍ਰੋਟੈਸਟ ਕਰਨ ਵਾਸਤੇ ਆਏ ਸੀ ਮੈਂਬਰਾਂ ਨੂੰ ਦੇਣਾ ਸੀਗਾ ਅਸੀਂ ਥੋੜ੍ਹਾ ਲੇਟ ਹੋ ਗਏ ਡਿਊਟੀ ਕਰਕੇ ਇਸ ਕਰਕੇ ਉਹ ਰੁਕ ਗਏ ਸੀ